ਨੋਕੀਆ ਕਿੱਡੀ ਵੱਡੀ ਕੰਪਨੀ ਗੂਗਲ ਨੇ ਖਰੀਦ ਲਈ। ਜਦੋਂ ਨੋਕੀਆ ਵਿਕਿਆ ਦਸ ਕੁ ਮਹੀਨੇ ਪਹਿਲਾਂ ਦੀ ਗੱਲ ਹੈ, ਨੋਕੀਆ ਦਾ ਜਿਹੜਾ ਮਾਲਕ ਸੀ ਸੀਓ ਸੀ, ਜਿਸ ਦਿਨ ਫਾਈਨਲ ਡੀਲ ਹੋਣੀ ਸੀ ਸਾਈਨ ਗੂਗਲ ਨਾਲ, ਆਪਣੀ ਸਪੀਚ ਦੌਰਾਨ ਰੋ ਪਿਆ। ਕਹਿੰਦਾ ਅਸੀਂ ਕੁਛ ਵੀ ਗਲਤ ਨਹੀਂ ਕੀਤਾ ਸੀ, ਪੂਰੀ ਦੁਨੀਆਂ ਸੁਣ ਲਏ, ਕਹਿੰਦਾ ਅਸੀਂ ਕੁਛ ਵੀ ਗਲਤ ਨਹੀਂ ਕੀਤਾ ਸੀ ਨੋਕੀਆ ਕੰਪਨੀ ਨੇ, ਬਸ ਇੱਕ ਕੰਮ ਸਹੀ ਨਹੀਂ ਕੀਤਾ ਕਿ ਅਸੀਂ ਸਮੇਂ ਦੇ ਨਾਲ ਅਪਡੇਟ ਨਹੀਂ ਹੋਏ, ਬਸ ਅਸੀਂ ਵਿਕ ਗਏ। ਸਮੇਂ ਨਾਲ ਅਪਡੇਟ ਰਹਿਣਾ ਪਊਗਾ, ਮੁੱਖ ਮੰਤਰੀ ਦਾ ਇਹ ਵਿਜ਼ਨ ਹੋਣਾ ਚਾਹੀਦਾ। ਮੈਂ ਆਪਣੇ ਵਪਾਰੀਆਂ ਨੂੰ, ਮੈਂ ਆਪਣੇ 3.5 ਕਰੋੜ ਲੋਕਾਂ ਨੂੰ ਸਮੇਂ ਦੇ ਹਾਣੀ ਬਣਾ ਕੇ ਰੱਖਾਂ ਕਿ ਅੱਗੇ ਕਿਹੜਾ ਜ਼ਮਾਨਾ ਆਉਣਾ ਬਈ, ਪ੍ਰੋਸੈਸਿੰਗ ਦਾ ਜ਼ਮਾਨਾ ਆਉਣਾ, ਸਕਿੱਲ ਡਿਵੈਲਪਮੈਂਟ ਦਾ ਜ਼ਮਾਨਾ ਆਉਣਾ, ਸਾਨੂੰ ਸਕਿੱਲਡ ਪੀਪਲ ਚਾਹੀਦੇ ਹੋਣਗੇ, ਕਿਹੜੀ ਇੰਡਸਟਰੀ ਨੇ ਜ਼ਿਆਦਾ ਅੱਗੇ ਜਾਣਾ, ਇਹ ਵਿਜ਼ਨ ਹੋਣਾ ਚਾਹੀਦਾ। ਮੈਂ ਤੁਹਾਡੇ ਨਾਲ ਉਹੀ ਸਾਂਝਾ ਕਰਨਾ ਹੈ। ਬੜੇ ਵਧੀਆ ਸੁਝਾਅ ਤੁਸੀਂ ਦਿੱਤੇ ਤੇ ਨਾਲ ਨਾਲ ਜਿਹੜਾ ਇੰਡਸਟਰੀ ਹੈ ਉਹਨੂੰ ਪਤਾ ਨਹੀਂ ਕਿਉਂ ਜੋ ਇਮੇਜ ਤੁਹਾਡੀ ਬਣਾ ਕੇ ਰੱਖੀ ਹੋਈ ਹੈ ਨਾ ਵਪਾਰੀਆਂ, ਵੀ ਮਤਲਬ ਤੁਸੀਂ ਚੋਰ ਹੋ, ਤੁਸੀਂ ਤਾਂ ਚੋਰੀ ਕਰਦੇ, ਤੁਸੀਂ ਪਤਾ ਨਹੀਂ ਕਿੰਨੇ ਕਮਾਉਂਦੇ ਹੋ, ਸਰਕਾਰ ਨੂੰ ਘੱਟ ਦਿੰਦੇ ਹੋ, ਹਰ ਸਰਕਾਰ ਤੁਹਾਡੇ ਸ਼ੱਕ ਕਰਦੀ ਹੈ। ਅਸੀਂ ਤੁਹਾਨੂੰ ਚੋਰ ਨਹੀਂ, ਅਸੀਂ ਤਾਂ ਤੁਹਾਨੂੰ ਵਫ਼ਾਦਾਰ ਤੇ ਆਪਣੇ ਭਾਗੀਦਾਰ ਬਣਾਉਣਾ ਆ ਕਿ ਆਪਣੇ ਹਿੱਸੇਦਾਰ ਬਣੋ, ਸਰਕਾਰ ਨਾਲ ਕੰਮ ਕਰੋ, ਖੁੱਲਾ ਕੰਮ ਕਰੋ, ਰੈਵਨਿਊ ਦਿਓ, ਉਹ ਰੈਵਨਿਊ ਨਾਲ ਮੈਂ ਸਰਕਾਰਾਂ ਚੋਂ ਤੁਹਾਡੇ CSR ਦਾ ਪੈਸਾ ਵੀ, CSR ਵੀ ਦਿੰਦੇ ਹੋ ਉਹ ਵੀ ਲਾਈਏ, ਫੋਕਲ ਪੁਆਇੰਟ ਵਧੀਆ ਬਣਾਈਏ। ਬਹੁਤ ਸਾਰੀਆਂ ਕੰਪਨੀਆਂ ਇਹੋ ਜਿਹੀਆਂ ਜਿਨ੍ਹਾਂ ਦੀਆਂ ਜਰਮਨੀ ਨਾਲ ਟਾਈ ਅਪ ਹੈ, ਜਰਮਨੀ ਦੇ ਵਾਸਤੇ ਕੋਈ ਕੰਮ ਕਰਦੇ ਨੇ, ਅਮਰੀਕਾ ਵਾਸਤੇ ਕੁਝ ਕੰਮ ਕਰਦੇ ਨੇ, ਉੱਥੋਂ ਦਾ ਜੋ ਜਰਮਨੀ ਵਾਲੀ ਕੰਪਨੀ ਦਾ ਜਿਹੜਾ ਪਾਰਟਨਰ ਕੰਪਨੀ ਹੈ ਉਹਦਾ ਜਦੋਂ ਮਾਲਕ ਆਉਂਦਾ ਕਿ ਮੈਨੂੰ ਕੰਪਨੀ ਦੀ ਖਾਤਰੀ ਕਿੱਥੇ ਚੱਲਦੀ ਹੈ ਫੈਕਟਰੀ, ਫੋਕਲ ਪੁਆਇੰਟ ਜਾਣ ਵੇਲੇ ਗੱਡੀ ਤਾਂ ਤੁਹਾਡੇ ਕੋਲ ਵੀ ਮਾਸਟਰੀਜ਼ ਹੁੰਦੀ ਹੈ, BMW ਹੁੰਦੀ ਹੈ, ਪਰ ਨਾਲ ਨਾਲ ਤੁਹਾਡੇ ਧੁੜਕੂ ਜਿਹਾ ਵੀ ਲੱਗਿਆ ਰਹਿੰਦਾ ਯਾਰ, ਸੜਕ ਬਹੁਤ ਮਾੜੀ ਹੈ, ਕੀ ਸੋਚੂਗਾ ਇਹ ਯਾਰ ਜਿਹੜਾ ਮੇਰੇ ਨਾਲ ਆਇਆ ਗੋਰਾ, ਵੀ ਕੀ ਸੋਚੂਗਾ ਇਹੋ ਜਿਹੀ ਥਾਵੇਂ ਤੁਹਾਡੀ ਫੈਕਟਰੀ ਲੱਗੀ ਹੋਈ ਹੈ। ਸੋ ਮੈਂ ਚਾਹੁੰਦਾ ਫੋਕਲ ਪੁਆਇੰਟ SCZ ਜਿੰਨੇ ਵੀ ਬਣਾਉਣੇ ਆ ਐਨ ਸ਼ਾਨਦਾਰ ਉਹਦੀਆਂ ਸੜਕਾਂ ਹੋਣ, ਔਰ ਉੱਥੇ ਪੀਣ ਵਾਲੇ ਪਾਣੀ ਦਾ, ਉੱਥੇ ਬਿਜਲੀ ਦਾ, ਉੱਥੇ ਜਿਹੜੇ ਤੁਹਾਡੀ ਲੇਬਰ ਹੈ ਉਹਦੇ ਰਹਿਣ ਦਾ ਪ੍ਰੋਪਰ ਤਰੀਕੇ ਨਾਲ ਪ੍ਰਬੰਧ ਹੋਵੇ, ਸਿਕਿਉਰਿਟੀ ਦਾ ਪ੍ਰਬੰਧ ਹੋਵੇ। ਅਸੀਂ ਥਾਣੇ ਖੋਲ੍ਹੇ ਨੇ, 7 ਥਾਣੇ ਅਸੀਂ ਇੰਡਸਟਰੀ ਏਰੀਏ ਨੂੰ ਦਿੱਤੇ ਨੇ 7 ਥਾਣੇ, ਤਾਂ ਕਿ ਉੱਥੇ ਕੋਈ ਏਦਾਂ ਦੀ, ਕਿਉਂਕਿ ਤੁਸੀਂ ਕੈਸ਼ ਕੈਰੀ ਕਰਦੇ ਹੋ, ਲੇਬਰ ਕੈਸ਼ ਕੈਰੀ ਕਰਦੀ ਹੈ, 100 ਸਮਾਨ ਤੁਸੀਂ ਲੈ ਕੇ ਜਾਂਦੇ ਹੋ, ਤਾਂ ਉੱਥੇ ਸੇਫਟੀ ਤਾਂ ਹੋਣੀ ਚਾਹੀਦੀ ਹੈ ਨਾ, ਉਹ ਅਸੀਂ ਕਰ ਰਹੇ ਹਾਂ ਨਾਲ।